ਮਾਈਲੇਜ ਮਾਸਟਰ ਕਹਿੰਦੇ ਨੇ ਮਾਸਟਰ ਇੰਟਰਨੈਸ਼ਨਲ ਪਾਵਰ ਸਟੀਅਰਿੰਗ ਹੈ ਕੰਪਨੀ ਵੱਲੋਂ ਕੀ ਮਾਡਲ ਹੈ ਤੇ ਬ੍ਰੇਕਾਂ ਸੈਂਟਰ ਗੇਅਰ ਹੈ ਸੈਂਟਰ ਗੇਅਰ ਹੈ ਤੇਲ ਬ੍ਰੇਕ ਹੈ ਸੈਂਟਰ ਗੇਅਰ ਹੈ ਤੇ ਜੇ ਗੱਲ ਕਰੀਏ ਮਾਡਲ ਦੀ 21 ਮਾਡਲ ਹੈ 4,29,000 ਰੁਪਿਆ ਡਿਮਾਂਡ ਹੈ ਜੀ ਇੱਕ ਤੱਕ ਛੱਡਣਾ 4,05,000 ਦਾ ਰੇਟ 4,05,000 ਰੁਪਏ ਦਾ ਟਰੈਕਟਰ ਛੱਡ ਦੇਣਗੇ ਟਾਇਰ ਨਵੇਂ ਆ ਜੀ ਨਾ ਮਗਰ ਲਈ ਨਾਲ ਦਾ ਹੀ ਸਾਰਾ ਨਵੇਂ ਨੇ ਟਾਇਰ ਨਵੇਂ ਆ ਨਾਲ ਦੇ ਨਾਲ ਦੀ ਥੋੜਾ 1100 ਘੰਟੇ ਚੱਲਿਆ ਜਾਂ ਸਿਰਫ 1100 ਘੰਟਾ ਦੇਖ ਸਕਦੇ ਹੋ 1100 ਘੰਟਾ ਚੱਲਿਆ ਜੀ ਆਵਾ ਰੇਟ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਮੰਡੀ ਬਾਈ ਕਲਬੀਰੇ ਕੋਲੇ ਤੇ ਕਰਦੇ ਆ ਗੱਲਬਾਤ ਬਾਈ ਨਾਲ ਸਰ ਨਾਲ ਪਹਿਲਾਂ ਹੋ ਲੈਂਡ ਹੈ ਸ਼ਿੰਗਾਰਿਆ ਹੋਇਆ ਪੂਰਾ ਮੰਨ ਕੇ ਚਲੋ ਆ ਜਾਓ ਕਰਦੇ ਆ ਬਾਈ ਨਾਲ ਗੱਲਬਾਤ ਹੋਰ ਕੀ ਹਾਲ ਚਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਜੀ ਠੀਕ ਠਾਕ ਤੇ ਜਾਣਕਾਰੀ ਨਿਊ ਹਾਲੈਂਡ ਬਾਰੇ ਫਿਰ 3630 ਠੀਕ ਹੈ ਚਾਰ ਚਪੇਰੇ ਪਰੇ ਕੈਮਰਾ ਮਾਰ ਲਾ ਬਾਈ ਰੇਂਜ ਨਾਲ ਹੀ ਹੁੰਦਾ ਤੇ ਡਿਮਾਂਡ ਕੀਤੀ ਹੈ 4,95,000 4,95 ਡਿਮਾਂਡ ਕੀਤੀ ਹੈ ਜੀ ਦੇਣਾ ਕਿੰਨੇ ਦਾ ਦੇਣਾ ਕਿੰਨੇ ਦਾ ਜੀ ਇਹ ਦੇਵਾਂਗੇ 4,75,000 4,75,000 ਦਾ ਛੱਡ ਦੋਗੇ ਹਾਂਜੀ ਤੇ ਅਗਲੀ ਸਾਈਡ ਇਹਦੇ ਐਨਓਸੀ ਕਾਪੀ ਵਗੈਰਾ ਇਹ ਬਠਿੰਡੇ ਹੀ ਨੰਬਰ ਹੈ ਅੱਛਾ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਬਠਿੰਡੇ ਨੰਬਰ ਹੈ ਕਾਹ ਦੀ ਲੋੜ ਨਹੀਂ ਠੀਕ ਹੈ ਜੀ ਉਦੋਂ ਅੱਗੇ ਆ ਗਿਆ ਜੀ 855 ਸਵਰਾਜ ਸਵਰਾਜ ਆ ਗਿਆ 4 ਸਟਾਰ ਰਿਵਰਸ ਪੀਟੀਓ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਟਾਪ ਮਾਡਲ ਵਾਲਾ ਬਾਈ ਇਹ ਠੀਕ ਹੈ ਜੀ ਹਾਂ ਟਾਪ ਚ ਇਹਦੇ ਤੇ ਲੋਨ ਲੂਨ ਹੋ ਜਾਏਗਾ ਜੀ ਲੋਨ ਹਾਂ ਬਾਈ ਇਹ ਤੇ ਲੋਨ ਹੋ ਜੂਗਾ ਅੱਛਾ ਲੋਨ ਹੋ ਜਾਏਗਾ ਜੀ 15 ਮਾਡਲ ਹੈ ਇਹਦਾ ਜਿਹੜਾ ਸਟੀਅਰਿੰਗ ਵਾਲਾ ਤੇਲ ਹੈ ਨਾ ਹਾਂਜੀ ਉਹ ਲਿਫਟ ਨਾਲੋਂ ਵੱਖਰਾ ਹੈ ਲਿਫਟ ਨਾਲੋਂ ਵੱਖਰਾ ਵੱਖਰਾ ਹੈਗਾ ਠੀਕ ਹੈ ਉਹ ਵਧੀਆ ਕੰਮ ਹੈ ਕੱਲਾ ਜੇ ਖਰਾਬ ਹੀ ਨਹੀਂ ਹੁੰਦਾ ਖਰਾਬ ਹੀ ਨਹੀਂ ਹੁੰਦਾਗਾ ਠੀਕ ਹੈ 5,10,000 ਰੁਪਿਆ ਡਿਮਾਂਡ ਹੈ ਇਹ ਕਿੰਨੇ ਦਾ ਦੇਣਾ ਜੀ ਆਪਾਂ ਇਹ ਦੇਵਾਂਗੇ 4,80,000 ਦਾ 30,000 ਰੁਪਏ ਦਾ ਡਿਸਕਾਊਂਟ ਜੀ ਘਟਾਤਾ ਜੀ ਤੇ ਇਹ ਨੰਬਰ ਪੰਜਾਬ ਹੀ ਇਹ ਨੰਬਰ ਹਰਿਆਣਾ ਇਹਦੀ ਐਨਓਸੀ ਮਿਲ ਜਾਣੀ ਇਹਦੀ ਐਨਓਸੀ ਮਿਲ ਜਾਏਗੀ ਲੋਨ ਹੋ ਜਾਏਗਾ ਲੋਨ ਹੋ ਜਾਏ ਤੇ ਲੋਨ ਹੋ ਜੂਗਾ ਜੀ ਬਿੱਲ ਮਿਲ ਜਾਏਗਾ ਜੀ ਬਿੱਲ ਮਿਲ ਜਾਏਗਾ 2,42,000 ਰੁਪਿਆ ਡਿਮਾਂਡ ਹੈ ਤੇ 13,628 ਦੇ ਟਾਇਰ ਨੇ ਹੈ ਇਹ ਦੇ ਦਿਆਂਗੇ 2.5 ਲੱਖ ਦਾ ਨੈਟ ਫਿਰ 2.5 ਲੱਖ ਰੁਪਏ ਦਾ ਛੱਡ ਦੋਗੇ ਇੰਜਨ ਗੇਅਰ ਦਾ ਓਕੇ ਜੀ ਵਾਹ ਕੇ ਲੈ ਜਾਓ ਵਾਹ ਕੇ ਚੈੱਕ ਕਰਕੇ ਲੈ ਜਾਓ ਜੀ ਤੇ 740 ਡਬਲ ਕਲੱਚ ਚ ਨਾ ਝਾਤ ਮਾਰੋ 2004 ਮਾਡਲ ਰੇਟਰ ਹੈ ਅੱਛਾ ਜੀ ਡਬਲ ਕਲੱਚ ਹੈ 6 ਝਰੀ ਹੈ ਠੀਕ ਹੈ ਜੀ ਕੋਣੀ ਕੋਣ ਹੈ ਦੇਖਣ ਚ ਮਾੜਾ ਜਿਹਾ ਲੱਗਦਾ ਹੈ 4 ਮਾਡਲ ਹੈ 6 ਝਰੀ ਹੈ ਡਬਲ ਕਲੱਚ ਹੈ ਜੀ ਟਾਇਰ ਦਾ ਟੈਡਲੇ ਟਾਇਰ ਪਾਉਣ ਵਾਲੇ ਹੈ ਡਿਮਾਂਡ 1,47,000 ਰੁਪਿਆ ਜੀ 1,35,000 ਦਾ ਦੇ ਦੇਣਾ
1.35 ਦਾ ਕਹਿੰਦੇ ਛੱਡ ਦਾਂਗੇ। 1500 ਮਾਨਤਨ ਹੋਰ ਵੀ ਕਰ, ਹੋਰ ਵੀ ਹੋ ਜਾਏਗਾ ਮਾਨਤਨ, ਹੋਰ ਵੀ ਹੋ ਜੂ, ਕੋਈ ਗੱਲ ਨਹੀਂ। ਤੇ ਇਧਰ ਹੈਗਾ 265 265 DI ਮਹਿੰਦਰਾ 8 ਮਾਡਲ ਜੀ, ਭੂਮੀ ਪੁੱਤਰ ਮਾਡਲ 8 ਮਾਡਲ ਹੈ। ਤੇ ਅਗਲੇ ਟਾਇਰ ਤਾਂ ਜਮਾ ਨਵੇਂ ਨੇ, ਨਵੇਂ ਮਾਡਲੇ ਕਿੰਨੇ ਕਾ ਬਈ? 70 ਪੈਸੇ 70 ਪੈਸੇ ਟਾਇਰ ਹੈ ਜੀ ਟਰੈਕਟਰ ਦੇ, ਠੀਕ ਹੈ। ਇਹ ਨੰਬਰ ਪੰਜਾਬੀ ਹੈ? ਨੰਬਰ ਇਹ ਰਾਜਸਥਾਨ। ਅੱਛਾ ਇਹ ਰਾਜਸਥਾਨ ਹੈ ਜੀ, ਹਾਂਜੀ। ਤੇ ਕਿੰਨੇ ਦਾ ਦੇਣਾ ਆਪਾਂ ਫਿਰ? ਇਹ ਦੇਵਾਂਗੇ 2,05,000 ਦਾ, ਇਹਦੀ ਨਹੀਂ ਹੋਣੀ, ਕੁਛ ਨਹੀਂ ਹੋਣਾ, 2,05,000 ਦਾ ਦੇ ਦੇਣਾ, ਠੀਕ ਹੈ। ਪਾਸਿੰਗ ਤੋਂ ਬਾਹਰ ਹੈ ਨਾ, ਠੀਕ ਹੈ ਜੀ। ਤੇ ਜੌਨ ਡੀਅਰ 50 ਡੀ ਜੀ, 50 HP ਦਾ ਟਰੈਕਟਰ ਹੈ ਨਾ, ਹਾਂਜੀ ਹਾਂਜੀ। ਤੇ 13 ਮਾਡਲ ਹੈ, 385 ਰੇਟ ਹੈ, 1498 ਦੇ ਮਾਰਕ ਉੱਤੇ ਨੇ, ਬਿੱਲ ਨਾਲ ਮਿਲੇਗਾ, ਮਿਲੂਗਾ ਜੀ, ਮਿਲੇਗਾ ਜੀ। ਤੇ ਹਰਿਆਣਾ ਨੰਬਰ ਹੈ? ਅੱਛਾ ਹਰਿਆਣਾ ਨੰਬਰ ਹੈ ਜੀ। ਤੇ NOC ਆਊ? ਆਊਗੀ ਵੀਰੇ, ਹੱਸ ਕੇ। ਅੱਛਾ NOC ਆਏਗੀ, ਕਿਸ ਤੱਕ ਦੇਣਾ ਜੀ ਇਹ ਟਰੈਕਟਰ? 3,60,000 ਦਾ। ਮਾਡਲ ਕਿੰਨਾ? ਮਾਡਲ ਕਿੰਨਾ ਜੀ? 2000 ਮਾਡਲ, 275 ਰੇਟ ਹੈ, ਪੰਜਾਬ ਨੰਬਰ ਹੈ ਨਾ। 2,50,000 ਇਹ ਕਿਸ ਤੱਕ ਦੇਣਾ ਜੀ? 2,60,000 ਦਾ। 2,60,000 ਰੁਪਏ ਦਾ ਦੇਣਾ ਜੀ, 2,60,000 ਦਾ। ਇੰਟਰਨੈਸ਼ਨਲ ਪਾਵਰ ਸਟੀਅਰਿੰਗ ਹੈ ਕੰਪਨੀ ਵੱਲੋਂ, ਕੀ ਮਾਡਲ ਹੈ? ਤੇ ਬ੍ਰੇਕਾਂ ਸੈਂਟਰ ਗੇਅਰ ਹੈ, ਸੈਂਟਰ ਗੇਅਰ ਹੈ, ਤੇਲ ਬ੍ਰੇਕ ਹੈ, ਸੈਂਟਰ ਗੇਅਰ ਹੈ। ਤੇ ਜੇ ਗੱਲ ਕਰੀਏ ਮਾਡਲ ਦੀ, 21 ਮਾਡਲ ਹੈ, 4,29,000 ਰੁਪਇਆ ਡਿਮਾਂਡ ਹੈ ਜੀ। ਇਹ ਕਿੱਥੇ ਤੱਕ ਛੱਡਣਾ? 4,05,000 ਦਾ ਰੇਟ, 4,05,000 ਰੁਪਏ ਦਾ ਟਰੈਕਟਰ ਛੱਡ ਦੇਣਗੇ। ਟਾਇਰ ਨਵੇਂ ਆ ਜੀ ਨਾ, ਮਗਰ ਲਈ ਨਾਲ ਦਾ ਹੀ ਸਾਰਾ ਨਵੇਂ ਨੇ, ਟਾਇਰ ਨਵੇਂ ਆ ਨਾਲ ਦੇ, ਨਾਲ ਦੀ ਥੋੜਾ 1100 ਘੰਟੇ ਚੱਲਿਆ, ਜਾਂ ਸਿਰਫ 1100 ਘੰਟਾ, ਚੱਲਿਆ ਜੀ ਆਵਾ ਟਰੈਕਟਰ। ਨਾ ਨਾ ਚੈਂਪੀਅਨ ਹੈ ਜੀ, ਫਾਰਮ ਟਰੈਕ ਚੈਂਪੀਅਨ, 39 HP ਚ, 39 HP ਸਿੰਪਲ ਸਟੀਅਰਿੰਗ ਚ ਆ ਗਿਆ, 39 HP ਫਾਰਮ ਟਰੈਕ, ਟਾਇਰ ਬਿਲਕੁਲ ਓਕੇ ਆ, ਬੇਦਾਗ ਹੈ, ਕੱਟ ਫੁੱਲ ਕਿਤੇ ਨਹੀਂ ਹੈਗਾ ਜੀ। ਜੇ ਗੱਲ ਕਰੀਏ ਇਹਦੇ ਮਾਡਲ ਦੀ, 9 ਮਾਡਲ ਹੈ। ਅੱਛਾ ਜੀ, 270 ਰੇਟ ਹੈ, ਇਹ ਕਿਸ ਤੱਕ ਛੱਡਣਾ? 2,55,000 ਦਾ, 2,55,000 ਦਾ ਕਹਿੰਦੇ ਬਾਈ ਛੱਡ ਦਾਂਗੇ। ਤੇ ਅਗਲੇ ਬੰਨੇ ਆ ਗਿਆ ਆਈਸ਼ਰ, 485 ਰੇਟ ਜੀ, ਸਾਈਡ ਗੇਅਰ ਹੈ, 370 ਡਬਲ ਕਲੱਚ, ਪਾਵਰ ਸਟੀਅਰਿੰਗ, ਟਾਪ ਮਾਡਲ ਵਾਲਾ, ਠੀਕ ਹੈ ਜੀ। 1 HP ਟਰੈਕਟਰ ਹੁੰਦਾ ਜੀ ਇਹ, 50 ਤੇ 50 HP ਹੁੰਦਾ, ਠੀਕ ਹੈ ਜੀ। ਇਹ ਕਿੰਨੇ ਦਾ ਦੇਣਾ ਫਿਰ ਆਪਾਂ? ਇਹ ਦੇਵਾਂਗੇ 3,55,000 ਦਾ, 3,55,000 ਠੀਕ ਹੈ। ਤੇ ਬਾਕੀ ਲੋਨ ਹੋ ਜਾਂਦਾ, ਇੱਕ ਨੰਬਰ ਦੱਸ ਦਿਓ ਜੀ ਆਪਣਾ, ਲੋਨ ਵੀਰੇ ਹੋ ਜੂਗਾ। ਅੱਛਾ, ਸਕੋਰ ਸਹੀ ਹੋਣਾ ਚਾਹੀਦਾ, ਨੰਬਰ ਹੈ ਮੇਰਾ 9,71,72,32,36, ਠੀਕ ਹੈ। ਇਸੇ ਨੰਬਰ ਤੇ ਵਟਸਐਪ ਚੱਲਦਾ, ਠੀਕ ਹੈ। ਪਲਾਟ ਕਾ ਨੰਬਰ ਹੈ ਜੀ? ਪਲਾਟ ਹੈ 2 ਨੰਬਰ, 2 ਨੰਬਰ। ਇੱਕ ਬੇਨਤੀ ਹੈ ਦੇਖਣ ਵਾਲਿਆਂ ਨੂੰ, ਵੀ ਕਈ ਵਾਰੀ ਨਾ ਕਿਸੇ ਦਾ ਜੇ ਫੋਨ ਕਾਲ ਨਹੀਂ ਚੱਕਿਆ ਜਾਂਦਾ, ਹਾਂਜੀ, ਇਸੇ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਦਿਓ, ਨਾਲੇ ਆਪਣਾ ਪਿੰਡ ਦੇ ਨਾਮ ਲਿਖ ਦਿਓ, ਆਪਾਂ ਵਟਸਐਪ ਗਰੁੱਪ ਤਿਆਰ ਕਰਾਂਗੇ, ਠੀਕ ਹੈ। ਉਹ ਬੰਦੇ ਨੂੰ ਪੱਕਾ ਹੀ ਐਡ ਕਰ ਬਾ, ਉਹਦੇ ਵਿੱਚ ਐਡ ਕਰਤਾ, ਉਹਦੇ ਵਿੱਚ ਐਡ ਕਰਕੇ ਨਾ ਫਿਰ ਇਹਨੇ ਨਾਲ ਨਵੀਂ ਜਿਹੜੀ ਕੋਈ ਅਪਡੇਟ ਹੁੰਦੀ ਹੈ ਪਾ ਦੇਣਾ ਫੋਨ ਦੇ ਵਿੱਚ, ਨਾਲੇ ਬੰਦਾ ਐਡ ਹੋ ਜੂਗਾ, ਠੀਕ ਹੈ। ਹੁਣ 2 ਮਹੀਨੇ ਹੋ ਗਏ ਕਿਸੇ ਦਾ ਫੋਨ ਕਾਲ ਨਹੀਂ ਚੱਕੀ ਗਈ,
ਕੰਮ ਧੰਦਿਆਂ ਚ ਬਿਜੀ ਸੀਗਾ, ਕਈ ਬੰਦੇ ਗੁੱਸਾ ਕਰਦੇ ਆ ਧੰਨਵਾਦ ਜੀ। ਤਲਵੰਡੀ ਸਾਬੋ ਟਰੈਕਟਰ ਮੰਡੀ, ਮਿਲਦੇ ਕਿਸੇ ਹੋਰ ਵੀਡੀਓ ਚ।